Like the video, subscribe to the channel and press the bell icon for latest video updates. Thank you.
ਫਰਕ ਆ? ਪਹਿਲੀ ਗੱਲ ਇੱਕ ਕਿ ਪੇਂਡੂ ਕੁੜੀਆਂ ਨਾਲ ਤਾੜੀ ਮਾਰ ਦੇਣਾ ਮੇਰਾ ਵੀਰ, ਕਿਉਂਕਿ ਪੇਂਡੂ ਕੁੜੀਆਂ ਪੇਂਡੂ ਹੀ ਹੁੰਦੀਆਂ। ਪਹਿਲੀ ਗੱਲ ਇੱਕ, ਪੇਂਡੂ ਕੁੜੀ ਨੂੰ ਜੇ ਕੋਈ ਬਾਈ ਚਾਂਸ, ਕਿਉਂਕਿ ਅੱਜ ਕੱਲ੍ਹ ਤਾਂ ਮਾਡਲ ਲਾਈਫ ਦਾ ਜ਼ਮਾਨਾ ਆ, ਹਰੇਕ ਕੋਈ ਐਡਵਾਂਸ ਆ, ਸ਼ਹਿਰੀ ਕੁੜੀਆਂ ਮੋਸਟਲੀ ਮੁੰਡਾ ਜੇ ਕਿੱਦਾਂ ਡਾਂਟਦੀਆਂ, ਮੈਂ ਪਹਿਲਾਂ ਉਹ ਦੱਸਣ ਲੱਗਾ। ਸਟਿਊਪਿਡ, ਬਦਤਮੀਜ਼ ਨਾ ਹੋਵੇ ਤਾਂ ਤੈਨੂੰ ਪਤਾ ਮੈਂ 12 ਨੰਬਰ ਮਕਾਨ 4 ਨੰਬਰ ਗਲੀ ਚ ਰਹਿੰਦੀ, ਮੇਰਾ ਫੋਨ ਨੰਬਰ 98148241। ਕਿੰਨਾ ਹੈਰਾਨ ਤਾਂ ਕਿਤੇ ਫੋਨ ਕਰੀ, ਨਾ ਹੀ ਗੇੜੀ ਲੈਣ ਵਾਲਾ। ਇਸ ਹਿਸਾਬ ਨਾਲ ਦੱਸਣੀ ਕਿ ਮੁੰਡਾ ਗੇੜੀ ਵੀ ਮਾਰ ਦੇ ਤਾਂ ਫੋਨ ਵੀ ਕਰ ਦੇਵੇ। ਜੇ ਉਹੀ ਮੁੰਡਾ ਕਹਿੰਦਾ ਪੇਂਡੂ ਨਾ ਕਹਿੰਦਾ, ਕੁੜੀ ਪਤਾ ਪੇਂਡੂ ਕੀ ਕਰੀ, ਜੁੱਤੀ ਲਾਵਾਂ ਤੁਰਿਆ ਚੱਲ, ਬਜਾਈ ਮੇਰੇ ਵਰਗਾ ਮੁੰਡਾ ਕਿਤੇ ਪੇਪਰ 'ਚ ਬੈਠਾ ਹੋਵੇ, ਕਿਤੇ ਕਹਿ ਦੇਵੇ ਨਾ ਸਰ ਪਲੀਜ਼ ਇੱਕ ਗੱਲ ਸੁਣਿਓ। ਹਾਂਜੀ ਸਰ, ਪਾਣੀ ਪੀਣਾ ਪਿਆਸ ਲੱਗੀ ਆ। ਪਤਾ ਮਾਸਟਰ ਕੀ ਕਹਿਣਗੇ ਸਰ, ਕੀ ਕਹਿਣਗੇ? ਕਿਉਂ ਕਿਉਂ ਘਰੋਂ ਕਾਂ ਖਾ ਕੇ ਆਇਆ, ਬਹਿ ਆਰਾਮ ਨਾਲ, ਪਾਣੀ ਨਹੀਂ ਮਿਲਣਾ। ਉਹੀ ਕਿਤੇ ਕੁੜੀ ਪਾਣੀ ਮੰਗਲੇ ਕਹਿਣਗੇ, ਹਾਂ ਹਾਂ ਰਾਮਦਲ ਬੇਟੀ ਕੋ ਪਾਣੀ ਦੋ, ਮੁੰਡਾ ਵਿਚਾਰਾ ਭਾਵਾਂ ਭਿਆਸਾ ਮਾਰ ਜਾਵੇ। ਫਿਰ ਮੁੰਡਾ ਵਿਚਾਰਾ ਕਿਤੇ ਜਾਣ ਦੇ ਹੋਵੇ, ਬਾਈ ਚਾਂਸ ਰੱਬ ਨਾ ਕਰੇ ਕਿਸੇ ਦਾ ਐਕਸੀਡੈਂਟ ਹੋ ਜਾਵੇ, ਬੰਦਾ ਖੂਨੋ ਖੂਨ ਹੋਇਆ ਹੋਵੇ। ਉਹ ਮੁੰਡੇ ਲੋਕੀ ਪਤਾ ਕਿਉਂਕਿ ਹੋਰ ਤੇਜ਼ ਚਲਾ, ਪਹਿਲਾਂ ਤਾਂ ਬੜਾ ਰਿਤਿਕ ਰੋਸ਼ਨ ਦਾ ਧੂਮ ਫਿਲਮ ਵਾਲਾ ਰਿਤਿਕ ਰੋਸ਼ਨ ਬਣਦਾ ਸੀ, ਹੁਣ ਠੋਕਿਆ ਨਾ ਕੁੜੀ ਵਿਚਾਰੀ ਪਵਾਂ ਡਿਗੇ ਵੀ ਨਾ, 10 ਬੰਦੇ ਚੱਕਣ ਲੱਗੇ, ਉਹ ਮੈਡਮ ਦੀ ਸੱਟ ਤਾਂ ਨਹੀਂ ਲੱਗੀ? ਪਹਿਲੀ ਗੱਲ ਖਾਸ ਤੌਰ ਤੇ ਹੁੰਦੀ ਆ ਕਿ ਜਦੋਂ ਸਾਡੇ ਵਰਗਾ ਕਦੇ ਆਪਣੇ ਯਾਰ ਨੂੰ ਕਹਿੰਦੇ ਨਾ ਵੀਰੇ ਥੋੜੇ ਪੈਸੇ ਚਾਹੀਦੇ, ਹੱਥ ਟੈਟ ਆ ਜਾਂ ਦੇ, ਕਿੱਥੋਂ ਦੇ ਦੇ ਆ, ਬਾਪੂ ਨੇ ਤਾਂ ਪੈਸੇ ਹੀ ਨਹੀਂ ਪਾਏ। ਇਹੀ ਕੁੜੀ ਕਿਤੇ ਮੰਗ ਲੈ, ਕਹਿਣ ਕੇ ਲੈ ਲੈ ਮੈਮ ਏਟੀਐਮ ਲੈ ਕੇ ਜਾਓ, ਮੇਰਾ ਪਿੰਨ ਕੋਡ ਵੀ ਦੱਸਦਾ ਤੁਹਾਨੂੰ। ਤੇ ਸਭ ਤੋਂ ਸਿੰਪਲ ਗੱਲ ਇੱਕੋ ਹੀ ਆ ਕਿ ਅੱਜ ਕੱਲ੍ਹ ਦੀ ਜਨਰੇਸ਼ਨ ਇੰਨੀ ਅੱਗੇ ਨਿਕਲ ਚੁੱਕੀ ਆ, ਤੇ ਖਾਸ ਤੌਰ ਤੇ ਕੁੜੀਆਂ, ਗਾਣੇ ਵੀ ਹੁਣ ਇਹਨਾਂ ਦੇ ਆਟੋਮੈਟਿਕਲੀ ਆਉਣ ਲੱਗੇ। ਹਾਂ ਨੀ ਤੇਰਾ ਕੋਕਾ, ਕੀ ਗੱਲ ਕੋਕਾ ਵੀ ਨੇ ਲੱਖ ਚ ਪਾਇਆ। ਇੱਕ ਸਭ ਤੋਂ ਵੱਡੀ ਗੱਲ, ਕਦੀ ਵੀ ਇੰਨੇ ਐਡਵਾਂਸ ਨਾ ਹੋਵੋ ਕਿ ਆਪਣਾ ਕਲਚਰ ਭੁੱਲ ਜਾਓ। ਕਲਚਰ ਸਭ ਤੋਂ ਇੰਪੋਰਟੈਂਟ ਆ, ਇਸ ਕਲਚਰ ਨੂੰ ਮੇਨਟੇਨ ਕਰਨਾ ਸਭ ਤੋਂ ਜ਼ਰੂਰੀ ਆ। ਬਸ ਮੈਂ ਇਹੀ ਕਹਿੰਦਾ, ਥੈਂਕ ਯੂ ਸਰ।